ਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫਤੂਰ ਇੰਟਰਨੈਸ਼ਨਲ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਪੈਣਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਵੀਰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਨੋਟੀਫਿਕੇਸ਼ਨ ਜਿਹੜੀ ਹੈ ਜਿੱ ਸਿੱਧੀ ਤੁਹਾਡੇ ਤੱਕ ਪਹੁੰਚ ਹੁਣ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਧਰਤੀ ਜਿਹੜੀ ਹੈ ਜਿਸ ਟਾਈਮ ਗਰਮ ਹੋ ਰਹੀ ਹੈ ਟੈਂਪਰੇਚਰ ਜਿਹੜਾ ਜਿਆਦਾ ਵਧਦਾ ਜਾ ਰਿਹਾ ਹੈ ਹੁਣ ਕਈ ਵਾਰ ਆਮ ਬੰਦਾ ਜਿਹੜਾ ਹੈ ਜੀ ਇੱਕ ਨਾਰਮਲ ਦੇ ਨਾਲ ਆਮ ਬੰਦੇ ਉੱਤੇ ਜਾਂ ਉਸ ਦੀ ਸਿਹਤ ਉੱਤੇ ਕੀ ਫਰਕ ਪਵੇਗਾ ਤਾਂ ਇੱਥੇ ਦੱਸ ਜੀਏ ਕਿ ਜਿਹੜਾ ਇਹਦਾ ਫਰਕ ਪੈਣਾ ਹੈ ਜੀ ਦੁਨੀਆ ਦੇ ਹਰ ਦੇਸ਼ ਦੇ ਉੱਤੇ ਪੈਣਾ ਹੈ ਕਿਉਂਕਿ ਜਿਹੜੀ ਧਰਤੀ ਇੱਕ ਹੈ ਤੇ ਧਰਤੀ ਦੇ ਉੱਤੇ ਹੀ ਸਾਰੇ ਦੇਸ਼ ਬਣੇ ਹੋਏ ਹਨ ਹੁਣ ਟੈਂਪਰੇਚਰ ਵਿੱਚ ਜਿਹੜੀ ਵੜੌਤਰੀ ਹੈ ਜੀ ਪਹਿਲਾਂ ਤੁਹਾਨੂੰ ਇਹ ਦੱਸ ਜੀਏ ਕਿ 2023 ਸਾਲ ਜਿਹੜਾ ਹੈ ਜੀ ਇਤਿਹਾਸਿਕ ਵਿੱਚ ਹੁਣ ਤੱਕ ਦਾ ਸਭ ਤੋਂ ਜਿਹੜਾ ਗਰਮ ਸਾਲ ਰਿਹਾ ਹੈ ਇਸ ਤੋਂ ਪਹਿਲਾਂ 2016 ਦੇ ਵਿੱਚ ਗਰਮੀ ਪਈ ਸੀ ਉਸ ਨੂੰ ਜਿਹੜਾ ਇਤਿਹਾਸ ਦਾ ਸਭ ਤੋਂ ਜ਼ਿਆਦਾ ਗਰਮ ਸਾਲ ਜਿਹੜਾ ਮੰਨਿਆ ਗਿਆ ਸੀ ਪਰantu 2023 ਨੇ ਜਿਹੜਾ 2016 ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਜੇ ਜਿਹੜਾ ਟੈਂਪਰੇਚਰ ਹੈ ਜੀ ਇਸੇ ਤਰ੍ਹਾਂ ਹੀ ਵੱਧਦਾ ਰਿਹਾ ਜਿਸ ਤਰ੍ਹਾਂ ਕਿ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ। ਤੇ ਇਹਦੇ ਨਾਲ ਕੀ ਹੋਏਗਾ? ਕਿ ਜਿਹੜੇ ਵੱਡੇ ਵੱਡੇ ਗਲੇਸ਼ੀਅਰ ਹਨ ਇੱਥੇ ਉਹ ਤੁਹਾਡੇ ਦਿਮਾਗ ਦੇ ਵਿੱਚ ਆ ਗਿਆ ਕਿ ਗਲੇਸ਼ੀਅਰ ਜਿਹੜੇ ਬਰਫ਼ ਦੇ ਹੁੰਦੇ ਹਨ ਕਿੱਡੇ ਹੁੰਦੇ ਹਨ। ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਗਲੇਸ਼ੀਅਰ ਹੁੰਦੇ ਹਨ ਬਰਫ਼ ਦੇ ਇਹ ਇੰਡੀਆ ਦਾ ਜਿੰਨਾ ਕਿ ਇਲਾਕਾ ਪੈਂਦੇ ਉਸ ਤੋਂ ਵੀ ਜ਼ਿਆਦਾ ਵੱਡੇ ਗਲੇਸ਼ੀਅਰ ਹੁੰਦੇ ਹਨ। ਤੁਸੀਂ ਆਪਣੇ ਆਪ ਹੀ ਸੋਚ ਸਕਦੇ ਹੋ ਕਿ ਜਦੋਂ ਇਹ ਗਰਮੀ ਦੀ ਵਜ੍ਹਾ ਦੇ ਨਾਲ ਪਿਗਲਣੇ ਜਿੱਦਾਂ ਕਿ ਸ਼ੁਰੂ ਹੋ ਚੁੱਕ ਜਦੋਂ ਇਹ ਸਾਰੇ ਜਿਹੜੇ ਗਲੇਸ਼ੀਅਰ ਪਿਗਲ ਜਾਣਗੇ ਤੇ ਇਹਦੇ ਨਾਲ ਕੀ ਹੋਏਗਾ ਕਿ ਸਮੁੰਦਰ ਦਾ ਪਾਣੀ ਜਿਹੜਾ ਹੈ ਜ ਹੋਰ ਜ਼ਿਆਦਾ ਉੱਪਰ ਚੱਕਿਆ ਜਾਏਗਾ ਤੇ ਉਹਦੇ ਨਾਲ ਜਿਹੜੇ ਧਰਤੀ ਦੇ ਨੀਵੇਂ ਇਲਾਕੇ ਹਨ ਉਹਨਾਂ ਦੇ ਵਿੱਚ ਸਮੁੰਦਰ ਦਾ ਪਾਣੀ ਭਰ ਜਾਵੇਗਾ ਧਰਤੀ ਜਿਹੜੀ ਅੱਜ ਹੋਰ ਛੋਟੀ ਹੋ ਜਾਵੇਗੀ ਇਹਦੇ ਨਾਲ ਹੀ ਇੱਕ ਹੋਰ ਚੀਜ਼ ਹੈ ਖਤਰਾ ਜਿਹੜਾ ਕੀ ਸਮੁੰਦਰ ਦੇ ਜਿਹੜੇ ਗਲੇਸ਼ੀਰ ਹਨ ਜਿਹੜੇ ਸਮੁੰਦਰਾਂ ਦੇ ਉੱਤੇ ਤੈਰਦੇ ਹਨ ਜਦੋਂ ਉਹ ਪਾਣੀ ਦੇ ਨਾਲ ਵਿੱਚ ਰਲ ਜਾਣਗੇ ਜਾਂ ਗਰਮੀ ਦੀ ਵਜ੍ਹਾ ਦੇ ਨਾਲ ਪਿਗਲ ਜਾਣਗੇ ਤੇ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਲੱਖਾਂ ਸਾਲ ਪੁਰਾਣੇ ਜਿਹੜੇ ਬੈਕਟੀਰੀਆ ਹਨ ਤੇ ਜਿਹੜੇ ਬੈਕਟੀਰੀਆ ਹਨ ਜਿਹੜੇ ਜਦੋਂ ਬਰਫ਼ ਪਿਗਲੇਗੀ ਤੇ ਬੈਕਟੀਰੀਆ ਜਿਹੜਾ ਪਾਣੀ ਦੇ ਵਿੱਚ ਮਿਲ ਜਾਵੇਗਾ ਸਮੁੰਦਰ ਦੇ ਪਾਣੀ ਦੇ ਵਿੱਚ ਫਿਰ ਇਸ ਬੈਕਟੀਰੀਆ ਨੂੰ ਜਿਹੜਾ ਮੱਛੀਆਂ ਖਾਣਗੀਆਂ ਕਿਉਂਕਿ ਮੱਛੀਆਂ ਪਾਣੀ ਦੇ ਵਿੱਚ ਰਹਿੰਦੀਆਂ ਹਨ ਉਹਨਾਂ ਮੱਛੀਆਂ ਦੇ ਥਰੂ ਹੀ ਦੱਸਿਆ ਗਿਆ ਹੈ ਕਿ ਜਿਹੜਾ ਬੈਕਟੀਰੀਆ ਜਾਂ ਵਾਇਰਸ ਹੋਏਗਾ ਇਨਸਾਨਾਂ ਦੇ ਵਿੱਚ ਪਹੁੰਚੇਗਾ ਤੇ ਇਹਨਾਂ ਦਾ ਜਿਹੜਾ ਫਿਰ ਤਬਾਹੀ ਦੁਨੀਆ ਦੇ ਉੱਤੇ ਮਚਾ ਸਕਦਾ ਜਿੱਦਾਂ ਕੀ ਕਰੋਨਾ ਵਾਇਰਸ ਨੇ ਮਚਾਈ ਸੀ ਬਾਕੀ ਗੱਲ ਕਰ ਲਈ ਉਹਨਾਂ ਲੋਕਾਂ ਦੀ ਜਿਹੜੇ ਯੂਰਪ ਦੇ ਵਿੱਚ ਆ ਕੇ ਚੀਤਾ ਦੀ ਨਾਂਸਾ ਜਿਹੜੀ ਹੈ ਜੀ ਜਲਦੀ ਤੋਂ ਜਲਦੀ ਲੈਣਾ ਚਾਹੁੰਦੇ ਹਨ ਤੇ ਜਿਨ੍ਹਾਂ ਦਾ ਜਿਹੜਾ ਟਾਰਗੇਟ ਹੀ ਹੈ ਕਿ ਇੱਕ ਵਾਰ ਜਿਹੜੀ ਯੂਰਪ ਯੂਨੀਅਨ ਦੀ ਚੀਤਾ ਦੀ ਨਾਸਤ ਮਿਲ ਜਾਵੇ ਕਿਸੇ ਵੀ ਦੇਸ਼ ਦੀ ਜਿੰਨੇ ਇੱਕ ਯੂਰਪ ਯੂਨੀਅਨ ਦੇ ਵਿੱਚ ਦੇਸ਼ ਪੈਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਅਗਲਾ ਟਾਰਗੇਟ ਹੀ ਹੈ ਕਿ ਉਹ ਇਸ ਪਾਸਪੋਰਟ ਦੇ ਉੱਪਰ ਕਿਸੇ ਹੋਰ ਦੇਸ਼ ਦੇ ਵਿੱਚ ਜਾਣਗੇ ਜਿੱਦਾਂ ਕਿ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਜਾਪਾਨ ਹੋ ਗਿਆ ਆਸਟ੍ਰੇਲੀਆ ਹੋ ਗਿਆ ਜਾਂ ਨਿਊਜ਼ੀਲੈਂਡ ਹੋ ਗਿਆ ਹੁਣ ਇਹਦੇ ਵਾਸਤੇ ਬਹੁਤੇ ਲੋਕ ਜਿਹੜੇ ਹਨ ਜੀ ਪੁਰਤਗਾਲ ਦਾ ਰੁਖ ਵੀ ਕਰ ਰਹੇ ਹਨ ਕਿਉਂਕਿ ਇਟਲੀ ਦੇ ਵਿੱਚ ਅਗਰ ਤੁਸੀਂ ਰਹਿੰਦੇ ਹੋ ਤਾਂ ਜਿਹੜੀ ਚੀਤਾ ਦੀ ਨਾਸਤ तकरीबन ਜਿਤ ਤਕਰੀਬਨ ਜਿਹੜਾ ਹੈ ਜਿਸ ਸਮਾਏ ਦੇ ਵਿੱਚ 12 13 14 15 ਸਾਲ ਤੱਕ ਵੀ ਲੋਕਾਂ ਨੂੰ ਲੱਗ ਜਾਂਦੇ ਨੇ ਕਿਉਂਕਿ 10 ਸਾਲ ਦਾ ਜਿਹੜਾ ਰੈਜ਼ੀਡੈਂਸ ਆ ਕੰਟੀਨਿਊ ਹੋਣਾ ਚਾਹੀਦਾ ਹੈ ਹੁਣ ਜਦੋਂ ਕੋਈ ਵੀ ਬੰਦਾ ਇਟਲੀ ਦੇ ਵਿੱਚ ਆਉਂਦਾ ਤੇ ਆਉਂਦਿਆਂ ਹੀ ਜਿਹੜਾ ਆਪਣਾ ਕਾਰਤਾਈ ਡੈਂਟੀ ਤੇ ਨਹੀਂ ਬਣਵਾ ਲੈਂਦਾ ਪਹਿਲਾ ਸਾਲ ਸਾਲ ਤਾਂ ਜਿਹੜਾ ਅੱਜ ਕੱਲ ਲੋਕ ਪਰਫਾਤੁਰੇ ਦੀਆਂ ਅਪਾਇੰਟਮੈਂਟਾਂ ਦੇ ਵਿੱਚ ਜਿਹੜਾ ਸਮਾਂ ਖਰਾਬ ਕਰ ਰਹੇ ਹਨ ਉਸ ਤੋਂ ਜਾ ਕੇ ਉਸ ਦੀ ਕਿਟ ਜਮਾ ਹੁੰਦੀ ਹੈ ਕਦੋਂ ਜਾ ਕੇ ਉਹ ਘਰ ਆਪਣਾ ਖਰੀਦਦਾ ਹੈ ਜਾਂ ਕੋਈ ਉਸ ਨੂੰ ਜਿਹੜਾ ਰੈਜ਼ੀਡੈਂਸਾ ਬਣਾ ਕੇ ਦਿੰਦਾ ਹੈ ਇਸ ਤਰ੍ਹਾਂ ਪਹਿਲਾਂ ਹੀ ਕਾਫੀ ਜਿਹੜਾ ਸਮਾਂ ਬਰਬਾਦ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ 10 ਸਾਲ ਦਾ ਰੈਜ਼ੀਡੈਂਸ ਕੰਟੀਨਿਊ ਚਾਹੀਦਾ ਹੈ ਉਸ ਤੋਂ ਬਾਅਦ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜੀ 4 ਸਾਲ ਕਦੀ ਇਟਲੀ ਦੇ ਵਿੱਚ ਕਦੀ 2 ਸਾਲ ਇਸ ਤਰ੍ਹਾਂ ਤੁਸੀਂ ਮੰਨ ਸਕਦੇ ਹੋ ਕਿ 14-15 ਸਾਲ ਜਿਹੜੇ ਇਟਲੀ ਦੇ ਵਿੱਚ ਪਾਸਪੋਰਟ ਲੈਣ ਦੇ ਵਾਸਤੇ ਲੱਗ ਜਾਂਦੇ ਆ ਇਸੇ ਕਰਕੇ ਹੀ ਬਹੁਤੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਅੱਜਕੱਲ ਕਰ ਕਰ ਰਹੀਆਂ ਹਨ ਕਿ ਕਿਉਂ ਨਾ ਜਿਹੜਾ ਹੈ ਜੀ ਇਟਲੀ ਤੋਂ ਮਤਲਬ ਕਿਸੇ ਨਾ ਕਿਸ ਤਰੀਕੇ ਨਾਲ ਜਿਹੜੇ ਪੁਰਤਗਾਲ ਦੇ ਪੇਪਰ ਬਣਾਈ ਜਾਣ ਤੇ ਉੱਥੇ ਜਾ ਕੇ ਜਿਹੜੀ ਹੈ ਜੀ ਚੀਤਾ ਦੀ ਨਾਂਸਾ ਅਪਲਾਈ ਕੀਤੀ ਜਾਵੇ ਇੱਥੇ ਤੁਹਾਨੂੰ ਇਹ ਦੱਸਦੀ ਕਿ ਜਿਹੜਾ ਨੰਬਰ 2 ਦਾ ਪਾਸਪੋਰਟ ਹੈ ਜੀ ਉਹਦੇ ਵਿੱਚ ਆਉਂਦਾ ਹੈ ਇਟਲੀ ਪੁਰਤਗਾਲ ਵੀ ਨੰਬਰ 2 ਦੇ ਵਿੱਚ ਹੀ ਆਉਂਦਾ ਤੇ ਸਪੇਨ ਵੀ ਨੰਬਰ 2 ਦੇ ਵਿੱਚ ਹੀ ਆਉਂਦਾ ਹੈ ਨਾਲੇ ਫਰਾਂਸ ਹੈ ਤੇ ਨਾਲ ਹੀ ਜਰਮਨ ਹੈ ਬਾਕੀ ਕੀ ਚਾਹ ਤੈਨੂੰ ਹੋਰ ਦੱਸਦੀ ਕਿ ਸਰਕਾਰਾਂ ਦੇ ਹੱਥ ਵੀ ਬਹੁਤ ਕੁਝ ਹੁੰਦਾ ਹੈ ਸਰਕਾਰਾਂ ਹੀ ਨੀਤੀਆਂ ਬਣਾਉਂਦੀਆਂ ਨੇ ਕਿ ਕਿਹੜੇ ਕੰਮ ਨੂੰ ਕਿੱਦਾਂ ਕਰਨਾ ਹੈ ਜੇ ਆਪਾਂ ਹੁਣ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਲੋਕ ਉੱਥੇ ਚੀਤਾ ਦੀ ਨਾਂਸਾ ਦੇ ਵਾਸਤੇ ਜਿੱਦਾਂ ਕਿ ਪਹਿਲਾਂ ਟੈਸਟ ਦਿੰਦੇ ਜਿੱਦਾਂ ਕਿਟਲੀ ਦੇ ਵਿੱਚ ਵੀ ਪੇਪਰ ਜਿਹੜਾ ਦੇਣਾ ਪੈਂਦਾ ਹੈ ਇਸੇ ਤਰ੍ਹਾਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਹੈ ਜਿਹੜੇ ਲੋਕ ਉੱਥੇ ਚੀਤਾ ਦੀ ਨੌਕਰੀ ਲੈਣਾ ਚਾਹੁੰਦੇ ਨੇ ਉਹਨਾਂ ਦੇ ਕੋਲ ਜਿਹੜੇ ਕੁਝ ਸਵਾਲ ਹਨ ਪੁੱਛੇ ਜਾਂਦੇ ਹਨ ਉਹਦੇ ਵਿੱਚ ਨੰਬਰ ਵੀ ਲੱਗਦੇ ਹਨ ਦੱਸਿਆ ਜਾਂਦਾ ਹੈ ਕਿ ਉਹਦੇ ਵਿੱਚ ਘੱਟੋ ਘੱਟ ਜਿਹੜੇ 75% ਜਿਹੜੇ ਅੰਕ ਹੈ ਜਿਉ ਬੰਦੇ ਨੂੰ ਪ੍ਰਾਪਤ ਕਰਨੇ ਹੁੰਦੇ ਹਨ ਹੁਣ ਜਿਹੜੀ ਨਵੀਂ ਸਰਕਾਰ ਉੱਥੇ ਆਈ ਸੀ 2020 ਦੇ ਵਿੱਚ ਇਹਨਾਂ ਨੇ ਜਿਹੜਾ ਕੋਈ ਸਿਸਟਮ ਇਹੋ ਜਿਹਾ ਕੀਤਾ ਕਿ ਲੋਕ ਜਿਹੜੇ ਹਨ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਜਿਹੜੇ ਹਨ ਜੀ ਫੇਲ ਹੋ ਰਹੇ ਹਨ ਚੀਤਾ ਦੀ ਨੌਕਰੀ ਦੇ ਟੈਸਟ ਵਿੱਚ ਇਦੇ ਵਿੱਚ ਇਹਨਾਂ ਨੇ ਜਿਹੜੀਆਂ ਕੁਝ ਸ਼ਰਤਾਂ ਵੀ ਰੱਖੀਆਂ ਨੇ ਕਿ ਪਿਛਲੇ 4 ਸਾਲਾਂ ਦੇ ਵਿੱਚ ਜਿਹੜਾ ਬੰਦਾ ਹੈ ਆਸਟ੍ਰੇਲੀਆ ਤੋਂ ਅਗਰ 12 ਮਹੀਨੇ ਬਾਹਰ ਰਹਿੰਦਾ ਹੈ ਤਾਂ ਉਹ ਜਿਹੜਾ ਹੈ ਜਿਹਦੇ ਵਾਸਤੇ ਅਪਲਾਈ ਨਹੀਂ ਕਰ ਸਕਦਾ ਮਤਲਬ ਕਿ ਜੇ ਸਾਲ ਦੇ ਵਿੱਚ ਕੋਈ 3 ਕੁ ਮਹੀਨੇ ਵੀ ਇੰਡੀਆ ਜਾਂਦਾ ਹੈ ਤਾਂ ਠੀਕ ਹੈ ਜੇ ਕੋਈ ਬੰਦਾ 4 ਸਾਲਾਂ ਵਿੱਚ 1 ਸਾਲ ਤੋਂ ਜ਼ਿਆਦਾ ਜਿਹੜਾ ਸਮਾਂ ਹੈ ਜੀ ਟੋਟਲ 4 ਸਾਲ ਦਾ ਬਾਹਰ ਰਹਿ ਲਿੰਦਾ ਹੈ ਦੂਜੇ ਦੇਸ਼ ਵਿੱਚ ਤਾਂ ਉਹ ਜਿਹੜਾ ਹੈ ਜੀ ਇਸ ਚੀਜ਼ ਦੇ ਵਾਸਤੇ ਵੈਲਿਡ ਨਹੀਂ ਹੁੰਦਾ ਅਤੇ ਦੱਸ ਜੇ ਕਿ ਜੇ ਤੁਸੀਂ ਇਟਲੀ ਦੇ ਵਿੱਚ ਵੀ ਰਹਿੰਦੇ ਹੋ ਉਹਦੇ ਚੀਤਾ ਦਾ ਨਾਮ ਸਬਲਾਈ ਕਰਨੀ ਤੇ ਇਸ ਚੀਜ਼ ਤੋਂ ਜਿਹੜਾ ਹੈ ਜੀ ਬਚਣਾ ਹੈ ਜਿਆਦਾ ਲੰਬਾ ਸਮਾਂ ਜਿਹੜਾ ਹੈ ਇੰਡੀਆ ਦੇ ਵਿੱਚ ਤੁਸੀਂ ਨਹੀਂ ਰਹਿਣਾ ਕਿਉਂਕਿ ਫਿਰ ਇਹ ਜਿਹੜਾ ਸਮਾਂ ਹੁੰਦਾ ਹੈ ਜੀ ਰੈ residencے ਦੇ ਵਿੱਚੋਂ ਕੱਟਿਆ ਜਾਂਦਾ ਹੈ ਹੁਣ ਆਸਟ੍ਰੇਲੀਆ ਦੇ ਵਿੱਚ ਦੱਸਿਆ ਗਿਆ ਹੈ ਕਿ 1 ਸਾਲ ਦੇ ਵਿੱਚ ਤਕਰੀਬਨ 280000 ਲੋਕਾਂ ਨੇ ਜਿਹੜਾ ਟੈਸਟ ਦਿੱਤਾ ਤੇ ਇਹਦੇ ਵਿੱਚੋਂ 1 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਹਨ ਜੀ ਫੇਲ ਹੋਏ ਹਨ ਬਾਕੀ ਤੁਹਾਨੂੰ ਇੱਥੇ ਇਹ ਵੀ ਦੱਸ ਜੀਏ ਕਿ ਜਿਨ੍ਹਾਂ ਲੋਕਾਂ ਨੇ ਇਟਲੀ ਦੀ ਸਿਟੀਜ਼ਨਸ਼ਿਪ ਨਹੀਂ ਲਈ ਅਜੇ ਤੱਕ ਤੁਹਾਨੂੰ ਦੇ ਕੋਲ ਪਰਮੈਸੂ ਦੀ ਸਜੂਰ ਨੂੰ ਹੈ। ਤੁਹਾਨੂੰ ਦੇ ਵਾਸਤੇ ਇੱਕ ਜ਼ਰੂਰੀ ਗੱਲ ਇਹ ਹੀ ਹੈ ਕਿ ਪਰਮੈਸੂ ਦੀ ਸਜੂਰ ਨੂੰ ਬੇਸ਼ੱਕ ਤੁਹਾਡੇ ਕੋਲ ਹੈ। ਤੁਸੀਂ ਜਿਹੜੀ ਹੈ ਜੀ ਕਾਰਤਾ ਸਜੂਰ ਨੂੰ ਜ਼ਰੂਰ ਅਪਲਾਈ ਕਰੋ। ਤੇ ਦੇ ਵਾਸਤੇ ਜਿਹੜਾ ਟੈਸਟ ਹੈ ਉਹ ਜ਼ਰੂਰ ਦੇ ਦਿਓ। ਕਿਉਂਕਿ ਕਾਰਤਾ ਦੇ ਵਾਸਤੇ ਵੀ ਜਿਹੜਾ A2 ਦਾ ਪੇਪਰ ਹੈ ਜੂ ਦੇਣਾ ਪੈਂਦਾ ਹੈ। ਕੁਝ ਵੀਰ ਜਿਹੜੇ ਕੀ ਕਾਰਤਾ ਸਜੂਰ ਨੂੰ ਨਹੀਂ ਲੈਂਦੇ। ਉਹ ਕਹਿੰਦੇ ਨੇ ਕਿ ਡਾਇਰੈਕਟ ਹੀ ਚੀਤਾ ਦੀ ਨਾਸ ਲੈਵਾਂਗੇ। ਤੁਹਾਨੂੰ ਦੇ ਵਾਸਤੇ ਜਿਹੜੀ ਦਿੱਕਤ ਹੈ ਜੀ ਹੋਰ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ B1 ਦਾ ਜਿਹੜਾ ਪੇਪਰ ਹੈ ਜੀ ਫਿਰ ਉਸ ਤੋਂ ਅੱਗੇ ਦੇਣਾ ਪੈਂਦਾ ਹੈ। ਜੇ ਤੁਹਾਡੇ ਕੋਲ ਕਾਰਤਾ ਨਹੀਂ ਇਹਦਾ ਮਤਲਬ ਤੁਸੀਂ ਜਿਹੜਾ A2 ਦਾ ਲੈਵਲ ਪਾਸ ਨਹੀਂ ਕੀਤਾ ਤੇ ਉਸ ਤੋਂ ਬਾਅਦ ਕੀ ਹੋਏਗਾ ਕਿ ਤੁਹਾਨੂੰ ਜਿਹੜਾ B1 ਦਾ ਪੇਪਰ ਦੇਣਾ ਪਏਗਾ B1 ਦਾ ਜਿਹੜਾ ਲੈਵਲ ਹੈ ਜੋ A2 ਤੋਂ ਜ਼ਿਆਦਾ ਉੱਪਰ ਹੈ ਇਹਦੇ ਵਿੱਚ ਹੋਰ ਜ਼ਿਆਦਾ ਦਿੱਕਤ ਆਏਗੀ ਬਾਕੀ ਹੁਣ ਗੱਲ ਕਰ ਲਈਏ ਇਟਲੀ ਦੇ ਵਿੱਚ ਜਾਂ ਯੂਰਪ ਦਾ ਕੋਈ ਦੇਸ਼ ਜਾਂ ਪੂਰੀ ਧਰਤੀ ਦੇ ਉੱਤੇ ਦੇਖ ਲਈਏ ਹਰ ਬੰਦਾ ਜਿਹੜਾ ਹੈ ਜੀ ਮੋਬਾਈਲ ਫੋਨ ਦਾ ਜਿਹੜਾ ਉਪਯੋਗ ਕਰਦਾ ਹੈ ਹੋਣ ਇਟਲੀ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿੰਨੇ ਪੈਸੇ ਜਿਹੜੇ ਮਾਸਥਲੀ ਪੇ ਕਰਦੇ ਹੋ ਆਪਣੇ ਯਾਰ ਦੋਸਤੋਂ ਪੁੱਛੋ ਉਹ ਹੋਰ ਰੇਟ ਪੀ ਕਰਦਾ ਹੈ ਕਿਸੇ ਹੋਰ ਤੋਂ ਪੁੱਛੋ ਅਲੱਗ-ਅਲੱਗ ਰੇਟ ਲੋਕ ਪੇ ਕਰ ਰਹੇ ਹਨ ਅਲੱਗ-ਅਲੱਗ ਕੰਪਨੀਆਂ ਹੁਣ ਇਟਲੀ ਦੇ ਵਿੱਚ ਜੇ ਕਿਸੇ ਨੇ ਕੋਈ ਸਸਤੀ ਸਕੀਮ ਲੈਣੀ ਹੈ ਤੇ ਦੇ ਵਾਸਤੇ ਕੀ ਕੀਤਾ ਜਾ ਸਕਦਾ ਹੈ ਸਭ ਤੋਂ ਜਿਹੜੀ ਬੈਸਟ ਆਪਸ਼ਨ ਇਹ ਹੀ ਹੁੰਦੀ ਹੈ ਕਿ ਤੁਸੀਂ ਜਿਹੜਾ ਨੰਬਰ ਹੈ ਜੀ ਨੰਬਰ ਆਪਣਾ ਸੇਮ ਰੱਖਣਾ ਹੈ ਤੇ ਨੰਬਰ ਜਿਹੜਾ ਦੂਜੀ ਕੰਪਨੀ ਦੇ ਵਿੱਚ ਪਾਸਾ ਕਰਵਾ ਦਿਓ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਤੁਹਾਡੀ ਬੇਸ ਵਾਲੀ ਕੰਪਨੀ ਹੁੰਦੀ ਹੈ ਮੂਢਲੀ ਕੰਪਨੀ ਹੁੰਦੀ ਹੈ ਜਿਹੜੀ ਇਸ ਤੋਂ ਪਹਿਲਾਂ ਸੀ ਪਾਸਾ ਕਰਾਉਣ ਤੋਂ ਪਹਿਲਾਂ ਉਹ ਵੀ ਕੁਝ ਸਮੇਂ ਬਾਅਦ ਜਿਹੜੀ ਤੁਹਾਨੂੰ ਮੈਸੇਜ ਭੇਜਦੀ ਹੈ ਉਹ ਤੁਹਾਨੂੰ ਜਿਹੜੀ ਆਫਰ ਹੈ ਜੀ ਨਵੀਂ ਨਵੀਂ ਆਫਰ ਆਪਣੇ ਕੋਲੋਂ ਭੇਜਦੀ ਹੈ ਕਿਉਂਕਿ ਜਿਹੜੀਆਂ ਆਫਰਾਂ ਹਿਡਨ ਆਫਰਾਂ ਹੁੰਦੀਆਂ ਹਨ ਜਿਹੜੀਆਂ ਕਿ ਆਮ ਕਰਕੇ ਸਾਰਿਆਂ ਨੂੰ ਨਹੀਂ ਦੱਸੀਆਂ ਜਾਂਦੀਆਂ ਇਹ ਜਿਹੜੀਆਂ ਆਫਰਾਂ ਕੰਪਨੀ ਉਹਨਾਂ ਲੋਕਾਂ ਨੂੰ ਹੀ ਭੇਜਦੀ ਹੈ ਜਿਹੜੇ ਕਿ ਪਾਸਾ ਵਗੈਰਾ ਕਰਾਉਂਦੇ ਹਨ ਬਹੁਤ ਘੱਟ ਰੇਟ ਦੇ ਉੱਤੇ ਜਿੱਦਾਂ ਕਿ 5 ਯੂਰੋ ਜਾਂ 6 ਯੂਰੋ ਦੇ ਉੱਤੇ ਤੁਹਾਨੂੰ ਜਿਹੜਾ 1.5 150 GB ਦਿੱਤਾ ਜਾਂਦਾ ਹੈ ਇਹ ਆਪਾਂ ਇੱਕ ਧਾਰਨ ਦੇ ਤੌਰ ਤੇ ਦੱਸ ਰਹੇ ਹਾਂ ਸੂ ਬਹੁਤੇ ਲੋਕ ਜਿਹੜੇ ਇਸ ਤਰ੍ਹਾਂ ਵੀ ਕਰਦੇ ਹਨ ਪੈਸੇ ਬਚਾਉਣ ਦੇ ਲਈ ਜਾਂ ਜਿਹੜੀ ਆਪਣੀ ਸਕੀਮ ਹੈ ਜੀ ਉਸ ਨੂੰ ਜਿਹੜਾ ਰੇਟ ਹੈ ਜੀ ਥੱਲੇ ਲਿਆਉਣ ਦੇ ਵਾਸਤੇ ਇਸੇ ਤਰ੍ਹਾਂ ਲੋਕ ਮੋਬਾਈਲਾਂ ਦੇ ਵਿੱਚ ਕਰਦੇ ਹਨ ਜਿਹੜੀ ਕੰਪਨੀਆਂ ਦੀ ਇੰਸ਼ੋਰੈਂਸ ਹੁੰਦੀ ਹੈ ਕਾਰਾਂ ਦੀ ਉਹਦੇ ਵਿੱਚ ਵੀ ਲੋਕ ਜਿਹੜਾ ਫਾਰਮੂਲਾ ਵਰਤਦੇ ਹਨ ਇਸ ਤੋਂ ਇਲਾਵਾ ਲੋਕ ਜਿਹੜੇ ਹਨ ਬਿਜਲੀ ਦੇ ਬਿੱਲ ਗੈਸ ਦੇ ਬਿੱਲ ਇਹਨਾਂ ਚੀਜ਼ਾਂ ਦੇ ਉੱਪਰ ਵੀ ਜਿਹੜਾ ਇਹ ਫਾਰਮੂਲਾ ਲਾਗੂ ਕਰਦੇ ਹਨ ਹੁਣ ਘਾਟੇ ਦੇ ਵਿੱਚ ਕਿਹੜੇ ਲੋਕ ਰਹਿੰਦੇ ਹਨ ਜਿਹੜੇ ਲੋਕ ਕਦੀ ਵੀ ਕੰਪਨੀ ਨਹੀਂ ਬਦਲਦੇ ਇੱਕ ਕੰਪਨੀ ਦੇ ਨਾਲ ਸਾਲਾਂ ਬੱਧੀ ਜੁੜੇ ਹੋਏ ਹਨ ਕੰਪਨੀਆਂ ਨੂੰ ਵੀ ਪਤਾ ਹੁੰਦਾ ਹੈ ਕਿ ਜਿਹੜੀ ਲੋਕ ਹਨ ਜੀ ਇਹ ਕੰਪਨੀ ਨਹੀਂ ਚੇਂਜ ਕਰਦੇ ਤੇ ਕੰਪਨੀ ਜਿਹੜੀ ਹੈ ਜੀ ਹੌਲੀ-ਹੌਲੀ ਕਰਕੇ ਉਹਨਾਂ ਨੂੰ ਜਿਹੜਾ ਰੇਟ ਹੈ ਜੀ ਵਧੀਆ ਜਿਹੜਾ ਰੇਟ ਲਾਉਂਦੀ ਹੈ ਮਤਲਬ ਚੰਗਾ ਰੇਟ ਉਹਨਾਂ ਤੋਂ ਵਸੂਲ ਕਰਦੀ ਹੈ ਮਤਲਬ ਕਿ ਆਪਣਾ ਢੇਡ ਜਿਹੜਾ ਹੈ ਜੀ ਚੰਗੀ ਤਰ੍ਹਾਂ ਭਰਦੀ ਹੈ ਸੋ ਜਿਹੜਾ ਵਾਈਫਾਈ ਕਰਦਾ ਹੋ ਗਿਆ ਜਾਂ ਮੋਬਾਈਲ ਹੋ ਗਏ ਜਾਂ ਫਿਰ ਜਿਹੜਾ ਬਿਜਲੀ ਗੈਸ ਹੈ ਜੀ ਤੁਸੀਂ ਇਸ ਦਾ ਅਗਰ ਪਾਸਾ ਕਰਾਉਂਦੇ ਹੋ ਕੰਪਨੀ ਚੇਂਜ ਕਰਾਉਂਦੇ ਹੋ ਤੇ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈ ਤੁਹਾਨੂੰ ਜਿਹੜਾ ਸਹੀ ਰੇਟ ਮਿਲਦਾ ਹੈ ਕੰਪਨੀਆਂ ਫਿਰ ਬਾਅਦ ਵਿੱਚ ਆਫਰ ਦਿੰਦੀਆਂ ਹਨ ਅਗਲੀ ਖਬਰ ਜਿਹੜੀ ਹੈ ਜੀ ਅਮਰੀਕਾ ਦੇ ਨੇੜੇ ਇੱਕ ਦੇਸ਼ ਪੈਂਦਾ ਇਕਵਾਡੋਰ ਇਟਲੀ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਹਨ ਜੀ ਇਕਵਾਡੋਰ ਤੋਂ ਆਉਂਦੇ ਹਨ ਤੇ ਇੱਥੇ ਆ ਕੇ ਕੰਮ ਕਰਦੇ ਹਨ ਇਥੋਂ ਜਿਹੜੀ ਵੱਡੀ ਖਬਰ ਇਹ ਹੈ ਕਿ ਇੱਥੇ ਇੱਕ ਸ਼ਹਿਰ ਪੈਂਦਾ ਹੈ ਜੀ ਇਹ ਸ਼ਹਿਰ ਦਾ ਜਿਹੜਾ ਨਾਮ ਹੈ ਚਿਮਬੁਰਾਜ਼ੋ ਸੂਬਾ ਹੈ ਤੇ ਇਹਦੇ ਵਿੱਚ ਸ਼ਹਿਰ ਰਿਓ ਬੰਬਾ ਇਹਦੇ ਵਿੱਚ ਇੱਕ ਜੇਲ ਜਿਹਦੇ ਵਿੱਚੋਂ 39 ਜਿਹੜੇ ਕੈਦੀ ਹਨ ਜੀ ਫਰਾਰ ਹੋ ਜਾਂਦੇ ਹਨ ਪਹਿਲਾਂ ਜੇਲ ਦੇ ਵਿੱਚੋਂ ਇੱਕ ਜਿਹੜੀ ਧੁਮਾਕੇ ਦੀ ਆਵਾਜ਼ ਸੁਣਾਈ ਦਿੱਤੀ ਇਸ ਤੋਂ ਬਾਅਦ ਜਿਹੜਾ ਦੰਗਾ ਹੋਇਆ ਆਸੂ ਦੇ ਵਿੱਚ ਹੀ ਕੈਦੀਆਂ ਦਾ ਬਸ ਇਸੇ ਕਸ਼ਮਕਸ਼ ਦੇ ਵਿੱਚ ਜਿਹੜੇ 349 ਕੈਦੀ ਹਨ ਜਿਹੜੇ ਫਰਾਰ ਹੋ ਜਾਂਦੇ ਹਨ ਤੇ ਦੱਸਿਆ ਗਿਆ ਕਿ 34 ਦੇ ਵਿੱਚੋਂ ਜਿਹੜੇ 12 ਕੈਦੀ ਸਨ ਦੁਆਰਾ ਇਹਨਾਂ ਨੂੰ ਫੜ ਲਿਆ ਗਿਆ ਹੈ ਤੇ ਜੇਲ੍ਹ ਦੇ ਵਿੱਚ ਜਿਹੜਾ ਡੱਕ ਦਿੱਤਾ ਗਿਆ ਹੈ ਅਗਲੀ ਖਬਰ ਵੀ ਇੰਟਰਨੈਸ਼ਨਲ ਹੈ ਸੀਰੀਆ ਦੇ ਨਾਲ ਸੰਬੰਧਿਤ ਸੀਰੀਆ ਦੇ ਇੱਕ ਮਿਲਟਰੀ বাস ਦੇ ਉੱਪਰ ਜਿਹੜਾ ਇੱਕ ਹਮਲਾ ਹੋਇਆ ਹੈ ਜੀ ਇਹਦੇ ਵਿੱਚ ਦੱਸਿਆ ਗਿਆ ਕਿ ਤਕਰੀਬਨ 9 ਜਿਹੜੇ ਬੰਦਿਆਂ ਦੀ ਡੈਥ ਹੋਈ ਹੈ ਹੁਣ ਗੱਲ ਕਰ ਲਈਏ ਦੋ ਚਾਰ ਦੇਸ਼ਾਂ ਦਾ ਜਿਹੜਾ ਕਰੰਸੀ ਰੇਟ ਹੈ ਜੀ ਬੀਰ ਦਾ ਕਮੈਂਟ ਆਇਆ ਸੀ ਕਿ ਇਹਦੇ ਵਿੱਚ ਜਿਹੜਾ ਅਮਰੀਕਾ ਦਾ ਤੁਸੀਂ ਦੱਸਦੇ ਹੋ ਇਟਲੀ ਦਾ ਦੱਸਦੇ ਹੋ ਇੰਗਲੈਂਡ ਦਾ ਦੱਸਦੇ ਹੋ ਤੇ ਜਿਹੜਾ ਕੈਨੇਡਾ ਹੈ ਜੀ ਇਸ ਨੂੰ ਵੀ ਇਹਦੇ ਵਿੱਚ ਸ਼ਾਮਿਲ ਜਰੂਰ ਕਰੋ ਲਓ ਜੀ ਕੈਨੇਡਾ ਤੋਂ ਸ਼ੁਰੂ ਕਰਦੇ ਆ ਕੈਨੇਡਾ 68 ਰੁਪਏ 8 ਪੈਸੇ ਚੱਲ ਰਿਹਾ ਰੇਟ ਅਮਰੀਕਾ ਦਾ 1 ਡਾਲਰ 83 ਰੁਪਏ 3 ਪੈਸੇ ਇੰਗਲੈਂਡ ਦਾ 1 ਪੌਂਡ 105 ਰੁਪਏ 68 ਪੈਸੇ ਤੇ ਹੁਣ ਲਾਸਟ ਵਿੱਚ ਜਿਹੜਾ ਯੂਰੋ ਦਾ ਰੇਟ ਵੀ ਤੁਹਾਨੂੰ ਦੱਸ ਰਹੇ ਹਾਂ 1 ਯੂਰੋ ਦਾ ਰੇਟ 90 ਰੁਪਏ 88 ਪੈਸੇ ਚੱਲ ਰਿਹਾ ਹੈ ਬਿਟਕੋਇਨ 45445 ਦੇ ਉੱਪਰ ਚੱਲ ਰਿਹਾ ਹੈ ਬਾਕੀ ਇਹਦੇ ਨਾਲ ਹੀ ਜਿਹੜੀ ਅੱਜ ਦੀ ਵੀਡੀਓ ਹੈ ਜੀ ਇਸ ਨੂੰ ਇੱਥੇ ਖਤਮ ਕਰਦੇ ਹਾਂ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ